ਪਹਿਲਾਂ ਸਾਡੇ ਮੋਗੇ ਸ਼ਹਿਰ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਜਿਹਦੇ ਬਾਰੇ ਬਹੁਤ ਸਮੇਂ ਤੋਂ ਕੁਝ ਸਤਰਾਂ ਲਿਖੀਆਂ ਸੀ, ਪਰ ਉਹਨਾਂ ਨੂੰ ਗਾਉਣ ਦਾ ਹੌਸਲਾ ਨਹੀਂ ਸੀ। ਪਰ ਮੈਂ ਫਿਰ ਵੀ ਆਪਣੇ ਦੋਸਤ ਦੀ ਹਿੰਮਤ ਸਦਕਾ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਨਹੀਂ ਇਹ ਕੈਸੀ ਵਗੀ ਹਨੇਰੀ, ਵੈਰੀਆਂ ਦੇ ਹੱਥੋਂ ਕੈਸਾ ਇਹ ਅੰਜਾਮ ਹੋ ਗਿਆ। ਸੋਚ ਸੋਚ ਕੇ ਸਮਝ ਨਾ ਆਵੇ, ਮੋਗਾ ਸਾਡਾ ਮਸ਼ਹੂਰ ਹੋਇਆ ਕਿ ਬਦਨਾਮ ਹੋ ਗਿਆ। ਸੋ ਕੁਝ ਸਮਾਂ ਪਹਿਲਾਂ ਇੱਥੇ ਇੱਕ ਐਸਾ ਹਾਦਸਾ ਵਾਪਰਿਆ ਸੀ ਜਿਹਦੇ ਵਿੱਚ ਇੱਕ ਬੱਚੀ ਦੇ ਨਾਲ ਬੜਾ ਹੀ ਭਿਆਨਕ ਅਤੇ ਘਿਰਾਉਣਾ ਜ਼ੁਲਮ ਹੋਇਆ ਸੀ। ਸੋ ਉਸ ਬੱਚੀ ਦੀ ਦਾਸਤਾਨ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਉਹ ਕਹਿੰਦੀ ਹੈ ਕਿ ਪਿੰਡ ਦਾ ਨਾਂ ਚਮਕਾਉਣਾ ਸੀ ਮਾਏ ਕੁਝ ਬਣ ਕੇ, ਧੀ ਪੰਜਾਬ ਦੀ ਮਾਣ ਸੀ ਕਰਦੀ ਇਸੇ ਕਰਕੇ। ਕੀ ਹੋਇਆ ਇਹ ਸਭ ਅੰਮੀਏ, ਕਿਵੇਂ ਰੂਹ ਨੂੰ ਸਮਝਾਵਾਂ, ਮੈਨੂੰ ਦੱਸ ਪੰਜਾਬ ਚੰਮੀਏ ਮੁੜਾਵਾਂ ਕੀ ਨਾ ਆਵਾਂ, ਮੈਨੂੰ ਦੱਸ ਪੰਜਾਬ ਚੰਮੀਏ ਮੁੜਾਵਾਂ ਕੀ ਨਾ ਆਵਾਂ। ਜ਼ਾਲਮਾਂ ਦੇ ਜੋ ਕਰਿੰਦੇ, ਅਕਲਾਂ ਨੂੰ ਲਾਈ ਫਿਰਦੇ ਜਾਂਦੇ, ਨਿੱਤ ਅਣਖਾਂ ਦੀ ਪੌੜੀ ਚੜ੍ਹਦੇ, ਇਹ ਤਾਂ ਰੱਬ ਤੋਂ ਵੀ ਨਹੀਂ ਡਰਦੇ। ਮੈਂ ਹੁਣ ਇਹ ਵੀ ਕਹਿ ਨਹੀਂ ਸਕਦੀ ਮੈਂ ਇਹਨਾਂ ਤੋਂ ਵਾਰੇ ਜਾਵਾਂ, ਮੈਨੂੰ ਦੱਸ ਪੰਜਾਬ ਚੰਮੀਏ ਮੁੜਾਵਾਂ ਕੀ ਨਾ ਆਵਾਂ। ਕਿਤੇ ਚੜ੍ਹਨ ਨਾਲੋਂ ਉਸ ਬੱਸੇ, ਲੈ ਲੈਂਦੀ ਫਾਹੇ ਚੁੱਕ ਕੇ ਰੱਸੇ, ਭੀੜ ਫਾਂਸੀ ਵਾਲੀ ਜਰਦੀ, ਪਰ ਮੈਂ ਇੱਜ਼ਤ ਨਾਲ ਤਾਂ ਮਰਦੀ, ਮੈਨੂੰ ਕਿਸੇ ਨੇ ਆਣ ਪਹੁੰਚਾਇਆ ਮੈਂ ਹਾੜੇ ਕੱਢਦੀ ਜਾਵਾਂ, ਮੈਨੂੰ ਦੱਸ ਪੰਜਾਬ ਚੰਮੀਏ ਮੁੜਾਵਾਂ ਕੀ ਨਾ ਆਵਾਂ। ਤੂੰ ਪੀੜ ਜਰੀ ਮੇਰੀ ਆਪ, ਕੱਲ੍ਹ ਤੋਂ ਵਿਕ ਗਿਆ ਆਖਰ ਬਾਪ, ਗਰੀਬੀ ਦਾ ਤੋੜਨ ਨੂੰ ਜਿੰਦਾ, ਜਿਉਂਦੀ ਨੂੰ ਕਿਉਂ ਨਹੀਂ ਸੀ ਵੇਚ ਦਿੰਦਾ। ਮੈਂ ਕਿਹੜੇ ਕਿਹੜੇ ਰਿਸ਼ਤੇ ਦਾ ਦੱਸ ਕੀ ਮੁੱਲ ਪਾਵਾਂ, ਮੈਨੂੰ ਦੱਸ ਪੰਜਾਬ ਚੰਮੀਏ ਮੁੜਾਵਾਂ ਕੀ ਨਾ ਆਵਾਂ। ਲੀਡਰ ਇਕੱਠੇ ਹੋ ਗਏ ਸਾਰੇ, ਬਸ ਵਿਰੋਧ ਕਰਨ ਦੇ ਮਾਰੇ, ਇਹਨਾਂ ਕੀ ਇਨਸਾਫ ਦਵਾਉਣਾ, ਕਿਸੇ ਨੂੰ ਮੇਰਾ ਨਾਂ ਵੀ ਪਤਾ ਨਹੀਂ ਹੋਣਾ। ਗੀਤ ਲਿਖਤਾ ਬੈਠਾ ਪ੍ਰੀਤ, ਹੁਣ ਗਾਵਾਂ ਕੀ ਨਾ ਗਾਵਾਂ, ਮੈਨੂੰ ਦੱਸ ਪੰਜਾਬ ਚੰਮੀਏ।